ਤੇ ਪੰਜਾਬ ਵਿਧਾਨ ਸਭਾ ਵਿੱਚ ਲੀਡਰ ਆਫ ਆਪੋਜੀਸ਼ਨ H.S ਫੂਲਕਾ ਨੇ ਵੀ ਸਰਕਾਰ ਵੱਲੋਂ ਕਿਸਾਨ ਕਰਜ਼ ਮਾਫੀ ਤੇ ਸਵਾਲ ਚੁੱਕੇ ਨੇ। ਫੂਲਕਾ ਮੁਤਾਬਕ ਕਰਜ਼ ਮਾਫੀ ਤੇ ਸਰਕਾਰ ਦੇ ਆਂਕੜੇ ਹੀ ਠੀਕ ਨਹੀਂ ਨੇ ਤੇ ਬਜਟ ਵਿੱਚ ਕੁਝ ਹੋਰ ਹੈ ਤੇ ਬਿਆਨ ਕੁਝ ਹੋਰ ਦਿੱਤੇ ਜਾ ਰਹੇ ਨੇ। ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ਤੇ ਸਰਕਾਰ ਅਤੇ ਵਿਰੋਧੀ ਧਿਰ ਆਮਣੇ ਸਾਹਮਣੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਇਸ ਮਸਲੇ ਤੇ ਗੱਲਬਾਤ ਕਰਨ ਲਈ ਤਿਆਰ ਨੇ ਸਾਡੇ ਨੇ ਵਿਰੋਧੀ ਧਿਰ ਦੇ ਨੇਤਾ H.S ਫੂਲਕਾ ਜੀ। ਫੂਲਕਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸਰਕਾਰ ਨੇ ਬਹੁਤ ਵੱਡਾ ਕਾਰਜ ਕਰ ਦਿੱਤਾ ਗਾ, ਪੰਜਾਬ 'ਤੇ ਬਹੁਤ ਵੱਡਾ ਕਿਸਾਨਾਂ ਦਾ ਇੱਕ ਰਿਣ ਸੀ ਉਹ ਉਤਾਰ ਦਿੱਤਾ ਗਿਆ। ਦੇਖੋ, ਅੱਜ ਜੋ ਕੱਲ੍ਹ ਬਜਟ ਪੇਸ਼ ਹੋਇਆ ਤਾਂ ਸਿਰਫ 1500 ਕਰੋੜ ਦਿੱਤਾ ਜੀ, ਜੋ ਪਰਸੋਂ ਇਹਨਾਂ ਨੇ CM ਨੇ ਆਪਣੀ ਸਪੀਚ ਵਿੱਚ ਕਿਹਾ ਸੀ ਉਹਦੇ ਮੁਤਾਬਕ 21000 ਕਰੋੜ ਸੀ ਅਤੇ ਬਜਟ ਵਿੱਚ 1500 ਕਰੋੜ। ਅੱਜ ਬੋਲਦੇ ਬੋਲਦੇ ਉਹਨਾਂ ਦੇ ਇੱਕ ਮੈਂਬਰ ਨੇ ਇੱਕ ਬੜੀ ਵੱਡੀ ਅਨਾਊਂਸਮੈਂਟ ਕਰਤੀ ਕਿ ਜੀ, ਇਹ 21000 ਕਰੋੜ ਦਾ ਜੋ ਕਿਸਾਨਾਂ ਦਾ ਕਰੋਪ ਲੋਨ ਦਾ ਕਰਜ਼ਾ, ਉਹ ਸਰਕਾਰ ਨੇ ਟੇਕ ਓਵਰ ਕਰ ਲਿਆ, ਜ਼ਿੰਮੇਵਾਰੀ ਉਹਦੀ ਲੈ ਲਈ। ਬਜਟ ਦੇ ਵਿੱਚ ਉਹਦਾ ਕੋਈ ਮੈਂਸ਼ਨ ਨਹੀਂ। ਮਤਲਬ ਕਿ ਇਹਦਾ ਮਤਲਬ ਇਸ ਮੈਂਬਰ ਨੇ, ਵਰਿੰਦਰ ਸਿੰਗਲਾ ਨੇ ਜੋ ਬਜਟ ਆ ਉਹਦਾ ਨਕਾਰਤਾ। ਇਹਦਾ ਮਤਲਬ ਬਜਟ ਕੁਛ ਨਹੀਂ, ਜੋ ਅਨਾਊਂਸਮੈਂਟ ਉਹਦਾ ਬਾਅਦ 'ਚ ਕਰੀ ਜਾਂਦੇ ਆ। ਕੈਪਟਨ CM ਨੇ ਵੀ ਕਿਹਾ ਹੈਗਾ, ਹੁਣੇ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਕਿ 9000 ਕਰੋੜ ਰੁਪਈਆ ਬਣਦਾ ਹੈਗਾ। ਕੱਲ੍ਹ ਖੁਦ ਉਹ ਆ ਕੇ ਵਿਧਾਨ ਸਭਾ ਦੇ ਵਿੱਚ ਸਦਨ ਦੇ ਜ਼ਰੀਏ ਪੰਜਾਬ ਦੇ ਕਿਸਾਨਾਂ ਨੂੰ ਜਾਣੂ ਕਰਵਾਉਣਗੇ ਕਿ ਜਿਹੜਾ ਕਿਸਾਨਾਂ ਦਾ ਕਰਜ਼ਾ ਉਹ ਸਰਕਾਰ ਬੈਂਕਾਂ ਨੂੰ ਖੁਦ ਦੇਵੇਗੀ। ਦੇਖੋ, ਹੁਣ ਇਹ ਮਜ਼ਾਕ ਆ ਨਾ, ਇਹ ਸਦਨ ਦਾ ਮਜ਼ਾਕ ਨਹੀਂ ਤਾਂ ਹੋਰ ਕੀ ਆ। ਪਹਿਲੇ ਦਿਨ ਪਰਸੋਂ ਅਨਾਊਂਸ ਕੀਤਾ ਕਿ ਜੀ 10 ਲੱਖ ਕਿਸਾਨਾਂ ਨੂੰ, 10.5 ਲੱਖ ਨੂੰ 2-2 ਲੱਖ ਦਾ ਬੈਨੀਫਿਟ ਦਿੱਤਾ ਜਾਊਗਾ, 21000 ਕਰੋੜ। ਕੱਲ੍ਹ ਬਜਟ ਦੇ ਵਿੱਚ ਦਿੱਤਾ 1500 ਕਰੋੜ, ਅੱਜ ਹੁਣ ਕਹਿੰਦੇ ਆ 9000 ਕਰੋੜ। ਹੈਂ, ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ ਜੀ? ਐਡਾ ਵੱਡਾ, ਇੰਨਾ ਸੀਰੀਅਸ ਮੁੱਦਾ, ਰੋਜ਼ ਰੋਜ਼ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ, ਇਸ ਤਰ੍ਹਾਂ ਕਰਦੇ ਆ। ਮੁੱਖ ਮੰਤਰੀ ਜਿਹੜੇ ਅੱਜ ਕਹਿ ਰਹੇ ਆ ਕਿ ਜੇ 9000 ਕਰੋੜ ਬਣਦਾ, ਮੈਂ ਉਹੀ ਤਾਂ ਕਿਹਾ ਸੀ ਕਿ ਜਿਸ ਦਿਨ ਇਹ ਬੋਲੇ ਸੀ, ਸਪੀਚ ਦਿੱਤੀ ਸੀ, ਉਦੇ ਇਹਨਾਂ ਨੂੰ ਪਤਾ ਨਹੀਂ ਸੀ। ਜਿਸ ਦਿਨ ਬਜਟ ਦਿੱਤਾ ਉਦੇ ਇਹਨਾਂ ਨੂੰ ਪਤਾ ਨਹੀਂ, ਅਤੇ ਇਹ ਰੋਜ਼ ਦੀ ਰੋਜ਼ ਇਹ ਚੇਂਜ ਹੋਈ ਜਾਂਦਾ ਬਦਲ, ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਰਨਾ ਕੀ ਆ। ਅੱਜ ਆ ਗਏ 9000 ਕਰੋੜ, ਉਹ 9000 ਕਰੋੜ ਦਾ ਬਜਟ ਦੇ ਵਿੱਚ ਕਿੱਥੇ ਆ? ਮਸਲਾ ਕੀ, ਰੋਡ ਮੈਪ ਕੀ ਹੋਣਾ ਚਾਹੀਦਾ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਜੀ, ਕਿਸਾਨਾਂ ਦੀ ਭਲਾਈ ਵਾਸਤੇ? ਦੇਖੋ, ਇਹਨਾਂ ਨੇ ਵਾਅਦਾ ਜੋ ਕੀਤਾ ਸੀ, ਮੁੱਖ ਮੰਤਰੀ ਜੀ ਨੇ ਖੁਦ ਹੀ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਾਂਗੇ, 80000 ਕਰੋੜ ਦੇ ਕੋਲ ਆ। ਮਗਰੋਂ ਸਿਰਫ ਕਰੋਪ ਲੋਨ 'ਤੇ ਆ ਗਏ, ਕਹਿੰਦੇ ਜੀ ਉਹ ਕਰੋਪ ਲੋਨ ਦਾ ਵੀ ਫਿਰ ਕਹਿੰਦੇ ਸਿਰਫ 2 ਲੱਖ, ਫਿਰ ਆਪ ਹੀ ਕਹਿੰਦੇ 21000 ਕਰੋੜ। ਮਤਲਬ ਕਿ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ, ਐਡਾ ਸੀਰੀਅਸ ਮਸਲਾ ਇਹ ਮਜ਼ਾਕ ਬਣਾਇਆ ਹੋਇਆ ਸਰਕਾਰ ਨੇ। ਵਿਰੋਧੀ ਧਿਰ ਦਾ ਕਹਿਣਾ ਹੈਗਾ ਕਿ ਸਰਕਾਰ ਖੁਦ ਹੀ ਆਪਣੇ ਬਜਟ ਨਾਲ ਮਜ਼ਾਕ ਕਰੀਏਗੇ, ਅਗਰ ਸੱਚਮੁੱਚ ਹੀ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਆ ਤਾਂ ਫਿਰ ਕਿਸਾਨਾਂ ਦੇ ਕਰਜ਼ੇ 'ਤੇ, ਪੂਰੇ ਦੇ ਪੂਰੇ ਕਰਜ਼ੇ 'ਤੇ ਸਰਕਾਰ ਨੂੰ ਲਕੀਰ ਮਾਰਨੀ ਚਾਹੀਦੀ ਆ। ਕੈਮਰਾਮੈਨ ਜੈਵਰੀ ਰਾਵਤ ਦੇ ਨਾਲ ਜਗਤਾਰ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ।